ਜੋ ਸਪੈਸ਼ਲ ਨਾਕਾਬੰਦੀ ਕੀਤੀ ਗਈ ਉਹਦੇ ਬਾਰੇ ਜਾਣਕਾਰੀ ਦੇਣਾ। ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਜੋ ਅਸੀਂ ਟ੍ਰੈਫਿਕ ਮੈਨੇਜਮੈਂਟ ਵਾਸਤੇ ਟ੍ਰੈਫਿਕ ਵਾਇਲੇਸ਼ਨ ਨੂੰ ਚੈੱਕ ਕਰਨ ਵਾਸਤੇ ਅਤੇ ਲੋਕਾਂ ਦੀ ਸੇਫਟੀ ਵਾਸਤੇ ਜੋ ਸਪੈਸ਼ਲ ਡਰਾਈਵ ਚਲਾਈ ਸੀ ਉਸ ਦੇ ਤਹਿਤ ਅਸੀਂ ਇੱਕ ਸਪੈਸ਼ਲ ਨਾਕਾਬੰਦੀ ਪੂਰੇ ਵੀਕ ਚਲਾਈ ਸੀ ਜਿਸ ਦੇ ਵਿੱਚ ਟੋਟਲ 650 ਜਿਹੜੇ ਵਹੀਕਲਸ ਹੈ ਉਹਨਾਂ ਨੂੰ ਚੈੱਕ ਕੀਤਾ ਗਿਆ ਜਿਹਦੇ ਵਿੱਚੋਂ 127 ਚਲਾਨਸ ਵਰ ਇਸ਼ੂਡ ਅਤੇ ਜਿਹੜੇ 26 ਵਹੀਕਲਸ ਹੈ ਉਹਨਾਂ ਨੂੰ ਵਿਦਆਊਟ ਡਾਕੂਮੈਂਟੇਸ਼ਨ ਕਰਕੇ ਉਹਨਾਂ ਨੂੰ ਇੰਪਾਊਂਡ ਕੀਤਾ ਗਿਆ। ਜੋ ਸਾਡਾ ਖਾਸ ਫੋਕਸ ਏਰੀਆ ਸੀਗਾ ਉਹ ਟ੍ਰਿਪਲ ਰਾਈਡਿੰਗ ਸੀ, ਵਿਦਆਊਟ ਨੰਬਰ ਪਲੇਟ ਮੋਟਰਸਾਈਕਲ ਸੀਗੇ, ਬਲੈਕ ਫਿਲਮ ਸੀਗੀਆਂ, ਅਨਔਥੋਰਾਈਜ਼ਡ ਯੂਜ਼ ਆਫ ਵਹੀਕਲ ਸੀਗਾ, ਅੰਡਰ ਏਜ ਡਰਾਈਵਿੰਗ ਸੀਗੀ ਜਿਸ ਦੇ ਵਿੱਚ ਅਸੀਂ ਵਾਹਨ ਐਪ ਨੂੰ ਵੀ ਯੂਜ਼ ਕੀਤਾ। ਇਹਦੇ ਵਿੱਚ ਥਾਣੇ ਦੀ ਫੋਰਸ ਦੇ ਨਾਲ ਨਾਲ ਫੀਲਡ ਮੀਡੀਆ ਟੀਮ ਅਤੇ ERS ਦੇ ਸਟਾਫ ਨੇ ਪਾਰਟੀਸਪੇਟ ਕੀਤਾ। ਸਾਡਾ ਇਸ ਐਫਰਟ ਦਾ ਇਹੀ ਮੈਸੇਜ ਹੈਗਾ ਸਿਟੀਜ਼ਨਸ ਨੂੰ ਕਿ ਉਹ ਟ੍ਰੈਫਿਕ ਰੂਲਸ ਨੂੰ ਫੋਲੋ ਕਰਨ, ਰੂਲਸ ਨੂੰ ਫੋਲੋ ਕਰਨ ਤਾਂ ਉਹ ਆਪ ਸੇਫ ਰਹਿ ਸਕਣ ਅਤੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ।